ਤੇ ਡੂਨ ਵੈਲੀ ਪੂਰਬੀ ਤੋਂ ਐਮਪੀਪੀ ਮਾਈਕਲ ਕੋਟਿਊ ਨੇ ਜਾਰੀ ਬਿਆਨ ਵਿੱਚ ਆਖਿਆ ਕਿ ਕੰਜ਼ਰਵੇਟਿਵ ਪਾਰਟੀ ਨੇ ਅਮੀਰਾਂ ਦੇ ਹੱਕ ਵਿੱਚ ਭੁਗਤੇ ਆ ਉਹਨਾਂ ਦੇ ਟੈਕਸ ਲਗਭਗ 275 ਮਿਲੀਅਨ ਡਾਲਰ ਘਟਾ ਕੇ ਆਪਣੇ ਉਹਨਾਂ ਪ੍ਰਤੀ ਵਾਅਦਿਆਂ ਨੂੰ ਪੂਰਾ ਕਰਨ ਦੀ ਸ਼ੁਰੂਆਤ ਕਰ ਦਿੱਤੀ ਹੈ। ਸਿੱਖਿਆ ਮੰਤਰੀ ਲੀਜ਼ਾ ਥਾਂਪਸਨ ਨੇ ਇਸ ਤਹਿਤ ਐਲਾਨ ਕੀਤਾ ਕਿ ਫੋਰਡ ਸਰਕਾਰ ਸਕੂਲ ਪ੍ਰਣਾਲੀ ਤੋਂ 250 ਮਿਲੀਅਨ ਡਾਲਰ ਦੀ ਕਟੌਤੀ ਕਰ ਰਹੀ ਹੈ ਤਾਂ ਕਿ ਕਲਾਸਾਂ ਦੇ ਆਕਾਰ ਨੂੰ ਵਧਾਇਆ ਤੇ ਅਧਿਆਪਕਾਂ ਦੇ ਪਦਾਂ ਨੂੰ ਖਤਮ ਕੀਤਾ ਜਾ ਸਕੇ। ਉਹਨਾਂ ਆਖਿਆ ਕਿ ਇਸ ਨਾਲ ਸਕੂਲਾਂ ਤੇ ਦਬਾਅ ਵਧੇਗਾ ਕਿਉਂਕਿ ਇਹ ਤਹਿਤ ਆਰਟਿਮਸ ਪੀੜਿਤ ਬੱਚਿਆਂ ਦੀ ਥੈਰੇਪੀ ਤੇ ਵੀ ਅਸਰ ਪਵੇਗਾ। ਹੁਣ ਆਖਿਆ ਕਿ ਮੁਫਤ ਟਿਊਸ਼ਨ ਫੀਸ ਖਤਮ ਕਰਨੀ, ਕਾਲਜ ਅਤੇ ਯੂਨੀਵਰਸਿਟੀ ਦੇ ਫੰਡਾਂ ਵਿੱਚ ਕਟੌਤੀ, ਆਰਟਿਮਸ ਪੀੜਿਤ ਬੱਚਿਆਂ ਦੀ ਘੱਟ ਸਹਾਇਤਾ ਤੇ ਹੁਣ ਕਲਾਸਾਂ ਦਾ ਕਾਰ ਵਧਾਉਣ ਨੇ ਇਹ ਸਪਸ਼ਟ ਕਰ ਦਿੱਤਾ ਕਿ ਫੋਰਡ ਸਰਕਾਰ ਦੀ ਤਰਜੀਹ ਸਾਡੀ ਸਿੱਖਿਆ ਪ੍ਰਣਾਲੀ ਵਿੱਚ ਕਟੌਤੀ ਕਰਕੇ ਅਮੀਰਾਂ ਤੋਂ ਘੱਟ ਟੈਕਸ ਲੈਣੇ ਹਨ।